ਟੋਲੀ ਇੱਕ ਸ਼ਾਮ ਇੱਕ ਜਵਾਨ ਜੇ ਹਟੋਲੀ ਸਮੁੰਦਰ ਦੇ ਕਿਨਾਰੇ ਤਹਿਲ ਰਿਹਾ ਸੀ ਕੀ ਅਚਾਨਕ ਦੀ ਨਜ਼ਰ ਇਹ ਰੁੱਟੇ ਪਈ 10 ਕੱਪੜੇ ਦੇ ਟੁਕੜਿਆ ਉੱਤੇ ਪਈ ਹਾਏ ਕਿੰਨੇ ਸੋਹਣੇ ਨੇ ਸੋਚਦੇ ਉਸਨੇ ਇੱਕ ਕੱਪੜਾ ਚੁੱਕ ਕੇ ਆਪਣੀ ਜੇਬ ਵਿੱਚ ਰੱਖ ਲਿਆ ਤੇ ਘਰ ਵੱਲ ਟਰ ਪਿਆ ਉਹ ਥੇੜ ਬਾਹਰ ਹੀ ਉਹ ਜੇਬ ਵਿੱਚ ਰੱਖੇ ਕੱਪੜੇ ਨੂੰ ਬਿਲਕੁਲ ਹੀ ਪਲ ਗਿਆ ਤੇ ਸੋਨ ਚ ਲੱਗ ਗਿਆ ਹਾਲੀ ਉਸ ਨੂੰ ਨਾਣ ਹੀ ਵਾਲੀ ਸੀ ਕਿ ਉਸ ਨੂੰ ਇਹ ਵੀ ਲੱਗਾ ਜਿਵੇਂ ਕੋਈ ਉਸ ਨੂੰ ਆਵਾਜ਼ਾਂ ਮਾਰ ਰਿਹਾ ਹੈ ਉਹ ਬੜੀ ਧਿਆਨ ਨਾਲ ਆਵਾਜ਼ ਸੁਣਨ ਲੱਗ ਪਿਆ ਉਸ ਨੂੰ ਸਾਫ਼ ਸੁਣਾਈ ਦੇਣ ਲੱਗਾ ਕਿ ਕੋਈ ਟੀਚੇ ਕੋ ਨੂੰ ਜਗੌਂਦੀ ਕੋਸ਼ਿਸ਼ ਕਰ ਰਿਹਾ ਹੈ ਹਨੇਰਾ ਹੋਣ ਕਾਰਨ ਉਸ ਨੂੰ ਕੋਈ ਦਿਸ਼ਾ ਤਾਂ ਨਾ ਪਰ ਉਸ ਨੂੰ ਲੱਗਿਆ ਕਿ ਉਸ ਦੇ ਪਲੰਘ ਦੇ ਕੋਲ ਹੀ ਕੋਈ ਚੀਜ਼ ਅੱਗੇ ਪਿੱਛੇ ਹੋ ਰਹੀ ਹੈ ਉਹਨੇ ਲੇਤੇ ਲੇਤੇ ਹੀ ਪੁੱਛਿਆ ਤੂੰ ਕੌਣ ਹੈ ਤੈਨੂੰ ਕੀ ਚਾਹੀਦਾ ਹੈ ਜਵਾਬ ਮਿਲਿਆ ਮੈਨੂੰ ਮੇਰੀ ਕੰਕਬੀਨ ਕਮੀਨ ਵਾਪਸ ਕਰ ਦਿਓ ਜੋ ਤੈਨੂੰ ਕੱਲ ਸੁਮੁੰਡੇ ਕਿਨਾਰੇ ਰੇਟ ਉੱਤੇ ਪਈ ਮਿਲੀ ਸੀ ਮੈਂ ਟੰਟੜਿਕ ਮੈਨੂੰ ਵਾਪਸ ਕਰਾਂਗਾ ਜੇ ਤੂੰ ਮੈਨੂੰ ਦੱਸੇਂਗਾ ਕਿ ਤੂੰ ਕੌਣ ਹੈ ਮੈਂ ਇੱਕ ਰਾਜੇ ਦੀ ਬੇਟੀ ਹਾਂ ਪਰ ਮੈਨੂੰ ਇੱਕ ਜਾਦੂਗਰਨੀ ਦੇ ਸ਼ੀਸ਼ੇ ਵਾਲੀ ਪਹਾੜੀ ਉੱਤੇ ਕੈਰ ਕੀਤਾ ਹੋਇਆ ਹੈ ਮੈਨੂੰ ਨੇ ਆਪਣੇ ਪਹਿਨਾ ਨਾਲ ਸੰਦੇ ਵਿੱਚ ਨਹੋਂਦੀ ਇਜਾਜ਼ਤ ਦੇਂਦੀ ਹੈ ਪਰ ਆਪਣੀ ਕਮੀ ਤੋਂ ਬਿਨਾ ਮੈਂ ਹੁਣ ਉੱਡ ਕੇ ਨਹੀਂ ਜਾ ਸਕਦੀ ਕੱਲ ਸ਼ਾਮੀ ਮੇਰੀ ਨਵੇਂ ਪਹਿਨਾ ਹਮੇਸ਼ਾ ਵਾਪਸ ਚਲੀਆਂ ਗਈਆਂ ਪਰ ਮੈਨੂੰ ਰੁਕਣਾ ਪਿਆ ਮੈਂ ਤੈਨੂੰ ਬੇਨਤੀ ਕਰਦੀ ਹਾਂ ਕਿ ਮੇ ਮੇਰੀ ਕਮੀ ਵਾਪਸ ਦੇ ਦਿਓ ਤੁਹਾਨੂੰ ਲਿੰਕੇ ਖੁਸ਼ ਰਹੋ ਮੇਰੀ ਬੱਚੀ ਉਸਨੇ ਆਪਣੀ ਜੇਬ ਵਿੱਚੋਂ ਕੱਪੜਾ ਕੱਢਿਆ ਤੇ ਉਹਨੂੰ ਵਾਪਸ ਦੇ ਦਿੱਤਾ ਉਸ ਦਾਤ ਮੈਨੇ ਦਿਲ ਦੀ ਨਾਲ ਕੱਪੜਾ ਚਪਟਿਆ ਤੇ ਵਾਪਸ ਜਾਣ ਲੱਗੀ ਤੁਲੇ ਨੇ ਕਿ ਜੇਰਾ ਥੈਰ ਸ਼ਾਇਦ ਮੈਂ ਤੇਰੀ ਕੋਈ ਮਦਦ ਕਰ ਸਕਦਾ ਹਾਂ ਫਿਰ ਉਹ ਫਿਰ ਉਸ ਆਵਾਜ਼ ਫਿਰ ਉਸ ਆਵਾਜ਼ ਸੁਣੀ ਕੀ ਤੁਸੀਂ ਸ਼ੀਸ਼ੇ ਵਾਲੇ ਪਹਾੜੇ ਚਲ ਕੇ ਮੈਨੂੰ ਉਸ ਜਾਰੂਗਨ ਨੂੰ ਮੁੰਕਤ ਕਰਾ ਸਕਦੇ ਹੋ ਪਹਾੜੀ ਉੱਤੇ ਚਾਹਨਾ ਹੀ ਬੜਾ ਮੁਸ਼ਕਿਲ ਹੈ ਜੇ ਕੋਸ਼ਿਸ਼ ਕਰੋਗੇ ਤੋਲੀ ਬੋਲੇ ਜਿੱਥੇ ਚਾ ਉਥੇ ਰਾ ਮੈਂ ਤੋ ਤੇਰੇ ਬਾਲ ਸੁਣ ਕੇ ਬੜਾ ਡੋਖੂ ਰਹਾ ਹੈ ਟੀਮੇ ਕਿਸੇ ਤੋ ਵੀ ਨਹੀਂ ਡਰਦਾ ਪਰ ਮੈਂ ਉਸੀ ਵਾਲੇ ਪਹਾੜ ਦਾ ਰਸਤਾ ਪਟਾ ਨਹੀਂ ਰਸਤਾ ਤੱਕ ਨੇ ਜੰਗਲ ਵਿੱਚ ਲੰਘ ਕੇ ਜਾਂਦਾ ਹੈ ਜਿੱਥੇ ਵੱਡੇ ਵੱਡੇ ਰਾਖਸ਼ ਰਹਿੰਦੇ ਹਨ ਮੈਂ ਉਸ ਤੋਂ ਵੱਡ ਹੋਰ ਤੁਹਾਨੂੰ ਕੋਈ ਨਹੀਂ ਦੱਸ ਸਕਦੀ ਏ ਕਿੰਨੇ ਹੋ ਰਾਜਕੁਮਾਰੀ ਉਹਦੇ ਕੇ ਦੂਰ ਚਲੀ ਗਈ ਟੋਲੀ ਬੋਏ ਸਵੇਰੇ ਉੱਠਿਆ ਟੋਲ ਨੂੰ ਆਪਣੇ ਗਲ ਵਿੱਚ ਚਿਤਕਾਇਆ ਜੰਗਲ ਵਾਲੇ ਪਾਸੇ ਟੁੱਟ ਪਿਆ ਜਦ ਜੰਗਲ ਵਿੱਚ ਦੂਰ ਟੀ ਕੋ ਉਸ ਨੂੰ ਕੋਈ ਵੀ ਡਾਕ ਸੁਨਾ ਮਿਲਿਆ ਤਾਂ ਉਹ ਸੋਚਿਆ ਸ਼ਾਇਦ ਹਾਲੇ 3:30 ਰਾਕ ਸੌ ਰਹੇ ਹਨ ਉਹਨਾਂ ਜਗੋਂ ਲਈ ਉਹ ਆਪਣਾ ਟੋਲ ਜੋ ਜੋਦੀ ਉਹ ਜੋ ਲੱਗ ਪਿਆ ਟੋਲ ਦੀ ਬਾਤ ਸੁਣ ਕੇ ਡਰਖਣ ਤਾਂ ਸਾਰੇ ਪੰਛੀ ਦੂਰ ਦੂਰ ਉੱਡ ਗਏ ਰਾਖਸ ਟੋਲ ਦੀ ਆਵਾਜ਼ ਸੁਣ ਕੇ ਵੀ ਕੁਝ ਦੇ ਟੀਕ ਟਕਾਉਟ ਲੇਟ ਰਿਹਾ ਤੇ ਫਿਰ ਇਕਦਮ ਉੱਠ ਕੇ ਖਲੋ ਗਿਆ ਜਦੋਂ ਖਲੋਟਾ ਤਾਂ ਉਸ ਦੀ ਉਚਾਈ ਤੇ ਵਾੜੇ ਤੱਕ ਜਿੰਨੀ ਉੱਚੀ ਸੀ ਉਹ ਟੋਲੀ ਨੂੰ ਇੱਕ ਗੁੱਸੇ ਵਿੱਚ ਕਿ ਬੁਰਕ ਬੰਦੇ ਤੂੰ ਮੈਨੂੰ ਕਿਉਂ ਜਗਾਇਆ ਹੈ ਟੋਲੀ ਜੋਰ ਜੋਰ ਨਾਲ ਟੋਲ ਕਿਉਂ ਵਜਾ ਰਹੇ ਹੈ ਟੋਲੀ ਵਜ ਰਿਹਾ ਮੈਂ ਟੋਲ ਵਜਾ ਕੇ ਆਪਣੇ ਪਿਛਲੇ ਹਜ਼ਾਰ ਲੋਕਾਂ ਨੂੰ ਜੰਗਲਾ ਰਸਤਾ ਦੱਸ ਰਿਹਾ ਇਹ ਜਹੜਾ ਲੋ ਜੰਗਲ ਵਿੱਚ ਕੀ ਲੋ ਬਣਾ ਰਹੇ ਹਨ ਡਾਕਸ ਨੇ ਪੁੱਛਿਆ ਇਹ ਲੋਕ ਇਸ ਜੰਗਲ ਨੂੰ ਤੇ ਜਿਹੜਾ ਰਾਕਸ਼ਾ ਹਟੋ ਆਜ਼ਾਦ ਕਰਵਾ ਕੇ ਜੰਗਲ ਵਿੱਚ ਆਨ ਜਾਣ ਦਾ ਰਸਤਾ ਬਣਾਉਣ ਚਾਹੁੰਦੇ ਹਨ ਟੋਲੀ ਨੇ ਕਾ ਓਹੋ ਮੈਂ ਤਾਂ ਇਹਨਾਂ ਲੋਕਾਂ ਨੂੰ ਕਿਰੀ ਵਾਂਗ ਮੁਸਲਟਿਆਂਗਾ 2 ਉਹਨਾਂ ਨਾ ਕਰ ਵੀ ਨਹੀਂ ਵਿਗਾੜ ਸਕẽਗਾ ਕਿਉਂਕਿ ਜਦ ਵੀ ਤੂੰ ਕਿਸੇ ਫੌਰਨ ਦੇ ਹੇਠਾ ਜਾਵੇਂਗਾ ਤਬ ਉਹ ਸਰਸ ਸਾਰੇ ਲੋਕ ਤੇਰੀ ਪੇਠੁੱਤੇ ਚੜਕੇ ਤੈਨੂੰ ਹੀਠਾ ਸੁੱਤੇ ਲੈਣਗੇ ਜਦ ਤੂੰ ਜ਼ਮੀਨ ਉੱਤੇ ਦੇਖ ਪੈਂਗਾ ਤੇ ਜੜੀਆਂ ਵਿੱਚ ਲੁਕੇ ਹੋਏ ਲੋਕ ਵੀ ਬਾਹਰ ਆ ਜਾਣਗੇ ਤੇ ਤੇਰੇ ਉੱਤੇ ਚੜਕੇ ਬੈਠ ਜਾਣਗੇ ਇਹਨਾਂ ਲੋਕਾਂ ਕੋਲ ਲੋਹੇ ਦੇ ਵੱਡੇ ਵੱਡੇ ਹਥੋੜੇ ਹਨ ਤੇਰੇ ਸਿਰ ਤੇ ਥੋੜੇ ਮਾਰ ਮਾਰ ਕੇ ਤੇ ਸਿਰ ਦਬਰ ਤਪਣਾ ਦੇਣ ਇਹ ਛੋਨੇ ڈاکਦਰ ਗਿਆ ਤੇ ਉਸਨੇ ਸੋਚਿਆ ਜੇ ਮੈਂ ਇਨਾਂ ਚਤੂਰ ਚਲਾਕ ਲੋਕਾਂ ਨਾਲ ਉਲਝ ਗਿਆ ਤਾਂ ਇਹ ਮੈਨੂੰ ਮਾਰ ਮਾਰ ਕੇ ਜ਼ਖਮੀ ਕਰ ਦੇਣਗੇ ਮੈਂ ਪਾਲੋ ਬਗਿਆਰੋਂ ਵਗੈਰਾ ਨਾ ਮਾਰ ਸਾਹ ਰਹਾ ਪੜੇ ਮਗਨ ਮਸਾਟੋ ਮੈਂ ਆਪਣੀ ਰੱਖਿਆ ਨਹੀਂ ਕਰ ਸਕਦਾ ਉਹ ਜਦਿੱਕੇ ਮੈਂ ਤੁਹਾਨੂੰ ਉਹ ਲੋਕਾਂ ਨੂੰ ਅੱਗੇ ਤੋਂ ਕਦੀ ਪਰੇਸ਼ਾਨ ਨਹੀਂ ਕਰਾਂਗਾ ਤੁਸੀਂ ਕੀ ਚਾਹੁੰਦੇ ਹੋ ਇਹ ਸ਼ਰਤ ਆਦੀ ਮੈਨੂੰ ਦੱਸੋ ਮੈਂ ਤੁਹਾਨੂੰ ਖੁਸ਼ ਕਰਨ ਲਈ ਕੋਈ ਵੀ ਕਰ ਸਕਦਾ ਹਾਂ ਹਰ ਤਨਾ ਤੁਹਾਡੇ ਕੰਮ ਆ ਸਕਦਾ ਹਾਂ ਤੋ ਨਿਕਾ ਤੋ ਲੀਨ ਕਿਹਾ ਠੀਕ ਹੈ ਮੈਂ ਇਹਨਾਂ ਲੋਕਾਂ ਨੂੰ ਮਾਫੀ ਦੇ ਦਿੰਦਾ ਹਾਂ ਤਾਂ ਕਿ ਉਹ ਮੈਨੂੰ ਭਵਿਕ ਵਿੱਚ ਕਦੀ ਵੀ ਪਰੇਸ਼ਾਨ ਨਾ ਕਰਨ ਪਰ ਇੱਕ ਸ਼ਰਤ ਹੈ ਤੇਰੀਆਂ ਲੱਤਾਂ ਬਣੀਆਂ ਲੰਮੀਆਂ ਹਨ ਤੇ ਤੂੰ ਮੇਰੇ ਤੋਂ ਵੀ ਤੇਜ਼ ਦੌੜ ਸਕਦਾ ਹੈ ਤੂੰ ਮੈਨੂੰ ਚੁੱਕ ਕੇ ਸ਼ੀਸ਼ੇ ਵਾਲੀ ਪਹਾੜੀ ਉੱਤੇ ਲੈ ਜਾ। ਠੀਕ ਹੈ। ਤੂੰ ਮਰੇ ਮੋੜੇ ਉੱਤੇ ਬਹਿ ਜਾ ਮੈਂ ਢੰਛੀ ਵਾਲੀ ਪਹਾੜੀ ਉੱਤੇ ਬਿਠਾ ਦਿੰਦਾ ਹਾਂ। ਰੱਖਨੇ ਕਿਹਾ। ਇਸ ਤਰ੍ਹਾਂ ਰੱਖਨੇ ਤੋਂ ਲੀ ਨੂੰ ਆਪਣੇ ਮੋੜੇ ਉੱਤੇ ਮਿਠਾ ਲਿਆ ਦੇ ਸ਼ੀਸ਼ੇ ਵਾਲੀ ਪਹਾੜੀ। ਵਲੇ ਪਾਸੇ ਟੋੜ ਪਿਆ ਰਾਖ ਨੇ ਚੱਲੇ ਚੱਲੇ ਟੋਲੀ ਜੋਰ ਜੋਰ ਦੀ ਟੋਲ ਵਜੋਂ ਨਾ ਪਿਆ ਰਾਖ ਨੇ ਸੋਚਿਆ ਕਿ ਛੋਰ ਕਰਕੇ ਆਪਣੇ ਪਿੱਛੇ ਹੋਂ ਦੇ ਖਜਾਨਾ ਲੋਕਾਂ ਨੂੰ ਆਫ ਚਲੇ ਜਾਂਦਾ ਸੰਦੇਸ਼ ਦੇ ਰਿਹਾ ਹੈ ਕੁਝ ਦਿਨ ਬਾਅਦ ਪਹਾੜੀ ਦੇ ਦਸਤਕ ਦੂਜਾ ਡਾਕਸ ਮਿਲਿਆ ਉਸਨੇ ਪਹਿਲੇ ਡਾਕ ਦੇ ਮੋਡੇ ਤੋਂ ਟੋਲੇ ਨੂੰ ਚੁੱਕਿਆ ਤੇ ਆਪਣੇ ਕਮੀਜ਼ ਦੇ ਬਟਨ ਦੀ ਮੋੜੀ ਵਿੱਚ ਟੋਲੇ ਨੂੰ ਢੱਕ ਲਿਆ ਟੋਲੇ ਨੂੰ ਬਟਨ ਨੂੰ ਕਾਸਕੇ ਫੜ ਲਿਆ ਬਟਨ ਦਾ ਆਕਾਰ ਇੱਕ ਵੱਡੀ ਪਲੇਟ ਜਿੰਨਾ ਸੀ ਕੋਇ ਦਰਬਾਰ ਇੱਕ ਟੀਜਾ ਰਾਖ ਮਿਲਿਆ ਉਸ ਟੀਜਾ ਰਾਖ ਨੇ ਟੋਲੀ ਨੂੰ ਬਟਨ ਦੇ ਕਾਰ ਵਿੱਚੋਂ ਕੱਢ ਕੇ ਆਪਣੀ ਟੋਪੀ ਦੇ ਬਾਹਰਲੇ ਕੰਡੇ ਉੱਤੇ ਬਿਠਾ ਲਿਆ ਟੋਲੀ ਚਾਰੇ ਪਾਸਿਆਂ ਦੇ ਸੁੰਦਰ ਮਰਮੋਹ ਦੇ ਰੰਗਾਂ ਨੂੰ ਵੇਖਦਾ ਹੋਇਆ ਅੱਗੇ ਵਧਦਾ ਗਿਆ ਹੁਣ ਉਸ ਨੂੰ ਡੂੜ ਇੱਕ ਨੀਲੀ ਪਹਾੜੀ ਦੀ ਸੀ ਇਹ ਸ਼ੀਸ਼ੇ ਵਾਲੀ ਪਹਾੜੀ ਸੀ ਔਰਾਕਸ ਕੋਈ ਕਦਮ ਹੀ ਟੁੜਿਆ ਤੇ ਪਹਾੜੀ ਦੇ ਕੋਲ ਪਹੁੰਚ ਗਿਆ ਤੇ ਉੱਥੇ ਟੋਲੇ ਨੂੰ ਆਪਣੀ ਟੋਪੀ ਤੋਂ ਹੇਠਾ ਉਤਾਰ ਦਿੱਤਾ ਟੋਲੇ ਤਾਂ ਪਹਾੜੀ ਦੇ ਉੱਪਰ ਜਾਣਾ ਚਾਹੁੰਦਾ ਸੀ ਪਰ ਰਾਕਸ ਨੂੰ ਪਹਾੜੀ ਕੋਲ ਉਤਾ ਉਤਾਰ ਸਿਰ ਨੰਦਾ ਬੁਰਬੁਰਾੰਦਾ ਉੱਥੇ ਚਲਾ ਗਿਆ ਉਹ ਗਰੀਬ ਟੋਲੀ ਉੱਥੇ ਪਹਾੜੀ ਦੇ ਸਾਹਮਣੇ ਖਲੋਟਾ ਹੋਇਆ ਸੀ ਤੇ ਦੂਜੀ ਆਸ-ਪਾਸ ਦੀ ਪਹਾੜੀਆਂ تنਗੁਣਾ ਉੱਚੀ ਸੀ ਤੇ ਸ਼ੀਸ਼ੇ ਮੰਗ ਟਿਲਕ ਨਹੀਂ ਸੀ ਉਸ ਨੂੰ ਨਹੀਂ ਸੀ ਪਤਾ ਲੱਗ ਰਿਹਾ ਕਿ ਉਹ ਇਸ ਅਟੈਂਟ ਟਿਲਕ ਨੇ ਸ਼ੀਸ਼ੇ ਦੇ ਪਹਾੜ ਤੇ ਕਿਵੇਂ ਚੜੇ ਉਸ ਨੇ ਪਹਾੜੀ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਤਿਲਕ ਕੇ ਹੇਠਾਂ ਵੜ ਰਿਹਾ ਉਹ ਸੋਚਿਆ ਜੇ ਉਹ ਪੰਛੀ ਹੁੰਦਾ ਤਾਂ ਕਿੰਨਾ ਚੰਗਾ ਸੀ ਹਾਲੇ ਸੋਚ ਰਿਹਾ ਸੀ ਕਿ ਉਸ ਦਿਨ ਜੇ ਦੋ ਆਦਮੀ ਹੁੰਦੇ ਪਈ ਨੇ ਦੇਖ ਲੋਟੇ ਝਗੜਾ ਕਰ ਰਹੇ ਹਨ ਟੋਲੀ ਜਾ ਦੋਨਾਂ ਨੇਰੇ ਗਿਆ ਤਾਂ ਪਤਾ ਲੱਗਾ ਕਿ ਕੋੜੀ ਦੀ ਇੱਕ ਜੀਨ ਕਰਕੇ ਲੜ ਰਹੇ ਹਨ ਜੀਨ ਉਹਨਾਂ ਦੇ ਸਾਹਮਣੇ ਜ਼ਮੀਨ ਉੱਤੇ ਪਈ ਸੀ ਤੁਸੀਂ ਦੋ ਕਿੰਨੇ ਮੂਰਖ ਹੋ ਜੋ ਇੱਕ ਜੀਨ ਦੀ ਮਾਲਕੀ ਲਈ ਆਪਸੇ ਝਗੜ ਰਹੇ ਹੋਂ ਜੜ ਕੀ ਤੁਹਾਡੇ ਕੋਲ ਕੋੜਾ ਹੈ ਹੀ ਨਹੀਂ ਟੋਲੀ ਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ ਇਹ ਚੀਜ਼ ਹੀ ਝਗੜਾ ਕਰਨ ਜੋਗ ਹੈ ਇੱਕ ਨੇ ਅੱਗੇ ਹੋ ਕੇ ਕਿਹਾ ਇਹ ਜੀਨ ਉਤੇ ਬੈਠ ਕੇ ਦੁਨੀਆ ਵਿੱਚ ਜਿਸ ਥਾਂ ਵੀ ਜਾਣ ਦੀ ਇਸ਼ਕ ਕੀਤੀ ਜਾਏਗੀ ਇਹ ਜੀਨ ਬੈਠੇ ਬਿਠਾਏ ਉਹਨੂੰ ਉੱਪਰ ਪਹੁੰਚਾ ਦੇਵਗੇ ਇਹ ਸੁਤੇ ਸਾਦੇ ਦੋਹਾਂ ਦਾ ਇੱਕੋ ਜਿਹਾ ਹਾਸਾ ਹੈ ਇਹਨੇ ਆਪਣੀ ਮਾਰੀ ਲੈ ਲਈ ਹੈ ਤੇ ਹੁਣ ਮੈਨੂੰ ਬੈਠ ਨਹੀਂ ਦੇ ਰਿਹਾ ਮੈਂ ਤੁਹਾਡੇ ਚਗਲੇ ਨੂੰ ਹੁਣੇ ਖੰਮ ਕਰ ਦਿੰਦਾ ਹਾਂ ਤੋਲਣੇ ਕਿਹਾ ਤੇ ਕੁਝ ਕਦਮ ਅੱਗੇ ਚੱਲ ਕੇ ਜੀਨ ਉਤੇ ਲਿਖਾ ਕਿ ਜਿਹੜੇ ਟਿੱਕਣ ਘਟ ਹੜ ਤੋਂ ਮੈਂ ਤੇ ਜੋਈ ਪੇਲੇ ਤੇ ਬੱਜਗਾ ਉਹ ਜੀਨੇ ਤੇ ਬੈਠੇਗਾ ਦੋਵੇਂ ਆਦਮੀਆਂ ਤੇ ਰਣ ਲੱਗੇ ਪਰ ਖਾਲੀ ਮੁਸ਼ਕਲ ਨਾਲ ਲੋਟ ਚਾਰ ਕਰਨੇ ਨਹੀਂ ਦੋੜੇ ਹੋਣਗੇ ਟੋਲ ਜੱਤੀ ਨਾਲ ਜੀਨੂ ਉੱਤੇ ਜਾ ਕੇ ਬੈਠ ਗਿਆ ਤੇ ਇਸ਼ਾ ਕੀਤੀ ਕੋਈ ਸੀਸੇ ਵਾਲੇ ਪਹਾੜੀ ਦੀ ਛੋਟੇ ਤੇ ਬਹਨ ਜਾ ਉਹਨੂੰ ਇੰਨਾ ਸੋਚਣ ਦੀ ਦੇਰੀ ਹੋਈ ਕਿ ਪਹਾੜੀ ਦੀ ਚੋਟੀ ਉੱਤੇ ਪਹੁੰਚ ਗਿਆ ਪਹਾੜੀ ਦੀ ਚੋਟੀ ਉੱਤੇ ਤਾਂ ਇੱਕ ਵੋਹ ਠੀ ਸੁੰਦਰ ਪਦਦਾ ਮੈਦਾਨੀ ਜਿਸ ਵਿੱਚ ਇੱਕ ਬਹੁਤ ਪੁਰਾਣਾ ਪੱਥਰਾਂ ਦਾ ਇੱਕ ਘੜ ਬਣਿਆ ਹੋਇਆ ਸੀ ਇਸ ਘਰ ਦੇ ਅੱਗੇ ਮਸ਼ੀਆਂ ਨਾਲ ਪੜਿਆ ਇੱਕ ਤਲਾਸ਼ ਟੋਲੀ ਨੂੰ ਉੱਥੇ ਨਹੀਂ ਕੋਈ ਮਨੁੱਖ ਤੇ ਨਾ ਹੀ ਕੋਈ ਜਾਨਵਰ ਦਿਸਿਆ ਠੰਡੀ ਹਵਾ ਚੱਲ ਰਹੀ ਸੀ ਤੇ ਉਸ ਦੇ ਸਿਰ ਉੱਤੇ ਬੱਦਲ ਡੋੜ ਰਹੇ ਸਨ ਔਟੜ ਦਾ ਔਟੜਾ ਘਰ ਦੇ ਦਰਵਾਜ਼ੇ ਤੱਕ ਪਹੁੰਚ ਗਿਆ ਤੇ ਉਸ ਨੇ ਦਰਵਾਜ਼ੇ ਨੂੰ ਤਿੰਨ ਵਾਰ ਖੜਕਾਇਆ ਤੀਜੀ ਵਾਰ ਇੱਕ ਲਾਲ ਲਾਲ ਅੱਖਾਂ ਵਾਲੀ ਸ਼ਾਵਲੀ ਬੁੱਢੀ ਬਾਹਰ ਨਿਕਲੀ ਉਸਨੇ ਆਪਣੀ ਐਨਕ ਵਿੱਚੋਂ ਕੂੜ ਦੇ ਟੋਲੀ ਨੂੰ ਪੁੱਛਿਆ ਤੈਨੂੰ ਕੀ ਚਾਹੀਦਾ ਹੈ ਮੈਨੂੰ ਅੰਦਰ ਆਉਣ ਦੀ ਇਜਾਜ਼ਤ ਦਿਓ ਇੱਕ ਰਾਤ ਕਹਿਣ ਲਈ ਥਾਂ ਤੇ ਕੁਝ ਖਾਣ ਪੀਣ ਨੂੰ ਚਾਹੀਦਾ ਹੈ ਤਾਂ ਉਹਨੇ ਬੜੀ ਹਿੰਮਤ ਨਾਲ ਜਵਾਬ ਦਿੱਤਾ ਬੁੱਢੀ ਨੇ ਕਿਹਾ ਇਹ ਤਾਂ ਸਭ ਕੁਝ ਤੈਨੂੰ ਮਿਲ ਜਾਏਗਾ ਪਰ ਤੂੰ ਤੈਨੂੰ ਕੰਮ ਕਰਨ ਦਾ ਵਾਅਦਾ ਕਰੇ ਤਾਂ ਜੇ ਦੂਰ ਜੇ ਦੂਰ ਮੈਂ ਤੁਹਾਡਾ ਕੰਮ ਕਰ ਦੇਵਾਂਗਾ ਮੈਂ ਕਦੀ ਵੀ ਕੰਮ ਤੋਂ ਨਹੀਂ ਰਹਿਦਾ ਚਾਹੇ ਉਹ ਕੰਮ ਕਿੰਨਾ ਹੀ ਮੁਸ਼ਕਿਲ ਕਿਉਂ ਨਾ ਹੋਏ ਟੋਲੀ ਨੇ ਕਿਹਾ ਇਹ ਸੁਣ ਕੇ ਬੁੱਢੀ ਉਸ ਨੂੰ ਕਰਦੇ ਅੰਦਰ ਲੈ ਗਈ ਚੰਗੀ ਤਰ੍ਹਾਂ ਖਾਣਾ ਖਵਾਇਆ ਖਾਂ ਤੋਂ ਬਾਅਦ ਨਰਮ ਨਨਮ ਬਿਸਤਰਾ ਸੌਣ ਨੂੰ ਦਿੱਤਾ ਦੂਜੇ ਦਿਨ ਜਦ ਉਹ ਸਵੇਰੇ ਜਾਗਿਆ ਤਾਂ ਬੁੱਢੀ ਨੇ ਉਸ ਉਸ ਨੂੰ ਆਪਣੀ ਕਮਜ਼ੋਰ ਪਤਲੀ ਉਂਗਲੀ ਟਟਾੜ ਦਾ ਛੱਲਾ ਦਿੱਤਾ ਦੇ ਕੇ ਇਹ ਤੇ ਮਰੇ ਨਾਲ ਤਲਾੜਾ ਸਾਰਾ ਪਾਣੀ ਬਾਹਰ ਕੱਢ ਦੇਵੇ ਤੈ ਸਾੜਾ ਕੰਮੜਾ ਢੋਂ ਤਾਂ ਬੇਲਾ ਖਤਮ ਹੋਣਾ ਚਾਹੀਦਾ ਹੈ ਉਸ ਦੇ ਬਿਨਾਂ ਤੇ ਲਾ ਬਿਚਾਰੇ ਸਾਰੇ ਮੱਛੀਆ ਬਾਹਰ ਕੱਢ ਕੇ ਜਾਤ ਅਨੁਸਾਰ ਤਲਾੜੇ ਕੰਡੇ ਇਸਾ ਜਾ ਕੇ ਰੱਖਣੀਆਂ ਹੋਣਗੀਆਂ ਮਛੀਆਂ ਬਾੜ ਕੱਢ ਕੇ ਯਾਤ ਅਨੁਸ਼ਾਸਤ ਲਾ ਦੇ ਕੰਡੇ ਸਜਾ ਕੇ ਰੱਖਣੀਆਂ ਹੋਣਗੀਆਂ ਇਹ ਤਾਂ ਬੜਾ ਅਜੀਬ ਜਿਹਾ ਕੰਮ ਹੈ ਲੋਲੀ ਨੇ ਕਿਹਾ ਤੇ ਤਲਾ ਉੱਤੇ ਜਾ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਸਾਰੀ ਸਵੇਰ ਗੁਜ਼ ਗਈ ਪਰ ਹਾਲ ਪਰ ਹਾਲੀ ਉਸ ਦਾ ਕੋਈ ਕੰਮ ਵੀ ਨਹੀਂ ਸੀ ਹੋਇਆ ਤਾਂ ਦੇ ਛਲੇ ਨਾਲ ਸਾਰੇ ਤਲਾ ਦਾ ਪਾਣੀ ਸ਼ਾਲਾ ਠੀਕ ਨਹੀਂ ਸੀ ਨਿਕਲ ਸਕਦਾ ਦੁਪਹਿਰ ਠੀਕ ਹੋ ਪੋਠਾ ਗਿਆ ਤੇ ਤਰਾ ਨਿਕੰਡੇ ਆ ਕੇ ਬੈਠ ਗਿਆ ਸੋਚਣ ਲੱਗਾ ਮੇਰੇ ਕੰਮ ਕਰਨ ਜਾਂ ਨਾ ਕਰਨ ਨਾਲ ਕੋਈ ਕੋਈ ਵੀ ਫਰਕ ਨਹੀਂ ਪਾਏਗਾ ਇਤਲਾੜਾ ਪੰਟਾ ਖਰਮ ਨਹੀਂ ਕਰ ਸਕਾਂਗਾ ਉਹ ਨਾਸ ਹੋ ਕੇ ਇਤਲਾੜ ਕਰਨੇ ਬੈਠਾ ਛੋਰੀ ਰਸ ਰਿਹਾ ਸੀ ਕਿ ਅੰਦਰ ਇੱਕ ਬੋਲ ਇਹ ਸੁੰਦਰ ਕੁੜੀ ਉਸ ਲਈ ਖਾਣਾ ਲੈ ਕੇ ਬਾਹਰ ਆਇਆ ਤੈਨੂੰ ਕੀ ਚਾਹੀਦਾ ਹੈ ਟੁਇਥੇ ਇਸ ਤਰ੍ਹਾਂ ਦੁਖੀ ਹੋ ਕੇ ਕਿਉਂ ਬੈਠਾ ਹੋਇਆ ਹੈ ਕੋਈ ਨਹੀਂ ਪੁੱਛਿਆ ਤੋਲਨ ਜਵਾਬ ਨੇ ਲਿੰਦਾ ਦੇ ਪੁੱਤ ਪਰਵਾਰ ਅੰਨਜ ਕਿਤੇ ਤਾਂ ਕੀ ਵੇਖਦਾ ਹੈ ਕਿ ਸਵਾਲ ਕਰਨ ਵਾਲੀ ਕੁੜੀ ਬੇਹਸ਼ੁਮਦ ਹੈ ਟੋਲਨ ਜਵਾਬ ਦਿੱਤਾ ਜਦ ਮੈਂ ਪਹਿਲਾ ਹੀ ਕੰਮ ਕਰਨ ਵਿੱਚ ਅਸਮਰਥ ਰਹਾਂ ਤਾਂ ਰਹਾਂ ਹਾਂ ਤਾਂ ਬਾਕੀ ਦੇ ਕੰਮ ਕਿਵੇਂ ਕਰ ਸਕਾਂਗਾ ਮੈਂ ਤਾਂ ਠੇਕ ਢੂਲ ਇੱਕ ਰਾਜ ਦੇ ਬੁੱਤ ਦਿਨ ਲ ਬਣਾਇਆ ਹਾਂ ਉਹ ਇੱਥੇ ਹੀ ਕਿੱਦੇ ਰੰਦੀ ਹੈ ਪੜ ਉਹ ਮੈਨੂੰ ਹਾਲੀ ਠੀਕ ਨਹੀਂ ਮਿਲੇ ਮੈਂ ਲਈ ਅੱਠੀ ਦੀ ਦੂੜੀ ਹੈ ਕਿ ਉਹ ਮੈਂ ਇਹ ਕੰਪੂੜਾ ਕਰਾਂ ਤੂੰ ਠਹਿਰ ਜਾ ਮੇਰੇ ਸਾਹ ਤੱਕ ਰਾਂਗੀ ਤੂੰ ਥੱਕ ਗਿਆ ਹੋਏਗਾ ਇਸ ਲਈ ਮੇਰੀ ਗੋਡੀ ਵਿੱਚ ਸੇਕ ਦੱਕੇ ਆਰਾਮ ਨਾਲ ਸੋ ਜਾ ਤੂੰ ਠਿੰਗਾ ਤਾਂ ਤੇਰਾ ਸਾਰਾ ਕੰਮ ਖਤਮ ਹੋ ਚੁੱਕਿਆ ਹੋਏਗਾ ਤੋਲੀ ਨਾ ਥੱਕ ਗਿਆ ਸੀ ਕਿ ਸੁਣ ਲਈ ਦਬਾੜਾ ਨਾ ਕਹਿ ਨਾ ਪਿਆ ਉਸ ਸੁੰਦਰ ਕੁੜੀ ਦੀ ਗੋੜ ਵਿੱਚ ਸੇਕ ਰਹੀ ਉਹ ਕੁਸ਼ ਹੋ ਗਿਆ ਉਸਤੇ ਬਾੜ ਉਸ ਕੁੜੀ ਨੇ ਇਸ਼ਾਰਾ ਪੂਰ ਤੇ ਅੰਗੂਠੀ ਬਾੜ ਕਰ ਦਿੱਤੇ ਹਾ ਸਾਰਾ ਪਾਣੀ ਬਾਹਰ ਆਓ ਸਾਰੇ ਮੱਸੀਆ ਬਾਹਰ ਆਓ ਉਸ ਕੁੜੀ ਨੇ ਇੱਕ ਹੰਦੇ ਸਾਰਾ ਪਾਣੀ ਪਾਹ ਮਨ ਕੇ ਬਦਲਾਵ ਸੇ ਆ ਗਿਆ ਸਾਰੇ ਮੱਸੀਆ ਮੱਸੀਆ ਪਾਣੀ ਵਿੱਚ ਨਿਕਲ ਕੇ ਆਪਣੀ ਜਾਤ ਤੇ ਲੰਬਾਈ ਦੇ ਹਿਸਾਬ ਨਾਲ ਟਲਾੜੇ ਕੰਡਿਆ ਤੇ ਸੱਜ ਗਈਆਂ ਟੋਲੀ ਨੀਂ ਨ ਪੂਰੀ ਕਰਕੇ ਉੱਠੇ ਉੱਠਿਆ ਤੇ ਵੇਖ ਕੇ ਹਰ ਆਂਦੇ ਗਿਆ ਕੀ ਉਸ ਦਾ ਸਾਰਾ ਕੰਮ ਖਤਮ ਗਏ ਕੁੱਲ ਨੇ ਕਿਹਾ ਹਾਲੀ ਵੀ ਇੱਕ ਮੱਛੀ ਆਪਣੀ ਜਾਲ ਦੇ ਸਾਠੀਆਂ ਦਵਖ ਪਈ ਹੋਈ ਹੈ ਜਦ ਬੁੱਢੀ ਇਹਨੂੰ ਵੇਖੇਗੀ ਤਾਂ ਪੁੱਛੇਗੀ ਪੁੱਛੇਗੀ ਕਿ ਇਹ ਇੱਕ ਮੱਛੀ ਵਾਕੀ ਉਂ ਪਈ ਹੋਈ ਹੈ ਤਾਂ ਤੂ ਉਹ ਉਹ ਮੱਛੀ ਚੁੱਕ ਕੇ ਜਦੋਂ ਬੁੱਢੀ ਨੇ ਮੂੰਹ ਤੇ ਮਾਰਨ ਨਾਲ ਕਹਿਣਾ ਇਹ ਮੱਛੀ ਤੇਰੇ ਲਈ ਹੈ ਬੁੱਢੀ ਜਾਦੂਗਰਨੀ ਅੱਛਾ ਅਮੋ ਜੁੜੇ ਨੇ ਕਿ ਸਾਰਾ ਕੰਮ ਖਤਮ ਹੋਇਆ ਬੀਛਾ ਇੱਕਦਾਂ ਅਲੱਗ ਪਈ ਮਸ਼ੀਨ ਮੇਂ ਕੇ ਇਹੋ ਪਰਸੇ ਕੁਛ ਐ ਮਸ਼ੀਨ ਅਲੱਗ ਕਿਉਂ ਪਈ ਹੈ ਟੋਲੇ ਨੇ ਮਸ਼ੀਨ ਚੁੱਕ ਕੇ ਬੁੱਢੀ ਬੁੱਢੀ ਨੇ ਮੂੰਹ ਤੇ ਉੱਤੇ ਉਸਾਲ ਕੇ ਮਾਰੀ ਇਹ ਇਹ ਤੇ ਲਈ ਹੈ ਬੁੱਢੀ ਜਾਦੂਗੰਨੀ ਬੁੱਢੀ ਕੋਈ ਨਾ ਬੋਲੀ ਸਿਰਫ ਉਹਨੂੰ ਦੇਖ ਰਹੀ ਨੂਰੀ ਸਵੇ ਬੁੱਢੀ ਜਾਦੂਗੰਨੀ ਨੇ ਉਸ ਨੂੰ ਕਿਆ ਕਾਲ ਤਾਤੂ ਬਚ ਗਿਆ ਪੜ ਅਲਮੇਦ ਨੇ ਹੋਰ ਵੀ ਮੁਸ਼ਕਲ ਕੰਮ ਡਿਆਂਗੇ ਅੱਜ ਤੂੰ ਛਾਰੇ ਦਖਤ ਕੱਟ ਕੇ ਲੱਕੜੀਆਂ ਦੇ ਗੱਥ ਬਣਾ ਕੇ ਰੱਖੇਗਾ ਧਿਆਨ ਰੱਖੀ ਕਿ ਛਾੜਾ ਕਮਲਾਡ ਹੋਣ ਤੋਂ ਪਹਿਲਾਂ ਖਤਮ ਹੋ ਜਾਣਾ ਚਾਹੀਦਾ ਹੈ ਇਹਨਾਂ ਕਹਿੰਦੇ ਹੋਏ ਉਸ ਬੁੱਢੀ ਜਾਦੂਗੰਨੇ ਨੇ ਟੋਲੀ ਨੂੰ ਇੱਕੋ ਹਾੜੀ ਇੱਕ ਥੋੜਾ ਡੋਕ ਕੇ ਲੈ ਲਏ ਕਹਾੜੀ ਦਾ ਕਾਟ ਦੀ ਬਣੀ ਸੀ ਤੇ ਹੋਰ ਸਮਾਨ ਵੀ ਪਟਲੇ ਜਿਹੇ ਤੀਨ ਦਾ ਬਣਿਆ ਹੋਇਆ ਸੀ ਛਾੜੀਆਂ ਹੀ ਚੀਜ਼ਾਂ ਅਜਿਹੇ ਚੰਨ ਜਿਨ੍ਹਾਂ ਨਾਲ ਵੱਡੇ ਵੱਡੇ درخت ਕੱਟਾਂ ਕੱਟਾਂ ਅਸੰਭਵ ਸੀ ਟੋਲੀ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਬੈਨੋ ਛੁੰਦਰਕੁੜੀ ਉਸ ਲਈ ਖਾਣਾ ਲੈ ਕੇ ਆਈ ਉਹਨੂੰ ਬੜਾ ਹੋਣਾ ਦੇਣੇ ਹੋਏ ਕਹਿਣ ਲੱਗੀ ਤੂੰ ਮੇਰੀ ਗੋਡ ਵਿੱਚ ਸੋ ਜਾ ਤਰੇ ਉੱਠਣ ਤੀਕ ਸਾੜਾ ਕੰਮ ਖਤਮ ਹੋ ਜਾਏਗਾ ਟੋਲੀ ਦੇ ਸੋਹ ਜਾਨ ਪਿੱਛੋਂ ਉਸ ਕੁੜੀ ਨੇ ਫਿਰ ਆਪਣੀ ਇਸ਼ਾਰਾ ਪੋੜੀ ਅੰਗੂਠੀ ਬਾੜ ਕਰਦੀ ਤੇ ਸਾਰਾ ਕੰਮ ਪੂਰਾ ਕਰਨ ਲਈ ਅੰਗੂਠੀ ਨੂੰ ਗਿਆ ਪਰ ਪਰ ਵਿੱਚ ਇਸ਼ਾਰੇ ਦਖਤ ਕੱਟ ਕੇ ਜ਼ਮੀਨ ਉੱਤੇ ਆ ਡਗੇ ਦਖਤ ਨੇ ਲੱਕੜਾਂ ਦੀਆਂ ਛੋਟੀਆਂ ਛੋਟੀਆਂ ਟੁਕੜੀਆਂ ਆਪਣੇ ਆਪ ਕਿੱਥੇ ਹੋ ਗਏ ਤੇ ਆਪ ਆਪਣੇ ਆਪ ਹੀ ਗੱਠਰ ਬਣ ਗਏ ਕੰਮ ਇਨੀ ਤੇਦੀ ਨਾਲ ਹੋਇਆ ਕਿ ਲੱਗਿਆ ਜਿਵੇਂ ਅਨੇਕ ਕੜਾਖਣਾ ਨੇ ਰਾਖਸਾਂ ਨੇ ਮਿਲ ਕੇ ਪਰ ਪਰ ਵਿੱਚ ਸਾਰਾ ਕੰਮ ਮੁਕਾ ਦਿੱਤਾ ਹੋਏ ਤੋਲੀ ਦੇ ਜਾਗਦੇ ਆਂ ਅਸੀਂ ਕੁਰੀ ਨੇ ਉਹਨੂੰ ਨਾ ਚਖੋ ਸਾਰੀਆਂ ਲੱਕੜੀਆਂ ਵੇਖੋ ਸਾਰੀਆਂ ਲੱਕੜੀਆਂ ਕੱਟੀਆਂ ਹੋਈਆਂ ਕੱਟੀਆਂ ਗਈਆਂ ਹਨ ਤੇ ਗੱਥੜ ਵੀ ਬਣ ਗਏ ਹਨ। ਛਿਬ ਲੱਕੜੀ ਦਾ ਇੱਕੋ ਇੱਕ ਵੱਡਾ ਟੁਕੜਾ ਵਖੜਾ ਪਿਆ ਹੋਇਆ ਸੀ। ਇਸ ਟੁਕੜੇ ਬਾਰੇ ਸ਼ਾਮ ਨੂੰ ਜੇ ਉਹ ਬੁੱਢੀ ਕੋਈ ਪ੍ਰਸ਼ਨ ਕਰੇ ਤਾਂ ਉਸਦੇ ਮੂੰਹ ਉੱਤੇ ਲੱਕੜੀ ਮਾਰਦੇ ਹੈ। ਇਹ ਕਹਿੰਨਾ ਇਹ ਟੇ ਲੈ ਰੱਖਿਆ ਹੋਇਆ ਹੈ ਬੁੱਢੀ ਜਰਗਣੀ ਜਦੋਂ ਸਾਹਮਣੂ ਬੁੱਢੀ ਜਰਗਣੀ ਆਈ ਤਾਂ ਉਸਨੇ ਕਿਹਾ ਵੇਖਿਆ ਕੰਮ ਕਿੰਨਾ ਆਸਾਨ ਸੀ ਪਾਟ ਲੱਕੜੀ ਦੇ ਏਸ ਟੋਕਰੇ ਨੂੰ ਕਿਉਂ ਵਖਰਾ ਸਾੜ ਦਿੱਤਾ ਹੈ ਸਿਰ ਤੇਰੇ ਲਈ ਬੁੱਢੀ ਜਰਗਣੀ ਉਹਨੂੰ ਬੁੱਢੀ ਉਹਨੂੰ ਲੱਕੜੀ ਨਾਲ ਮਾਰਦੇ ਹੋਏ ਕਿਹਾ ਪਰ ਏਵੇਂ ਲੱਗਿਆ ਕਿ ਬੁੱਢੀ ਨੂੰ ਕੋਈ ਚੋਣ ਨਾ ਲੱਗੀ ਹੋਵੇ ਪਰ ਉਹ ਹੱਥ ਹਿਲੀ ਕਾਲ ਇਹਨਾਂ ਛੋੜੀਆਂ ਲੱਕੜੀਆਂ ਦੇ ਇੱਕ ਵੱਡਾ ਗਠ ਬਣਾ ਕੇ ਇਹਨੂੰ ਅੱਗ ਲਗਾ ਦੇ। ਦੂਜੀ ਦਿਨ ਸਵੇਰੇ ਜਾਗ ਜਾਗਦੇ ਆਪਣੇ ਕੰਮ ਲੱਗ ਗਿਆ। ਪਰ ਸਾੜੇ ਜੰਗਲ ਦੀਆਂ ਨੱਕੀਆਂ ਦਾ ਇੱਕ ਗੱਠ ਬੁਨਉਣਾ ਇੱਕਲੇ ਆਦਮੀ ਲਈ ਬਹੁਤ ਮੁਸ਼ਕਲ ਕੰਮ ਸੀ। ਕਮ ਹੌਲੀ-ਹੌਲੀ ਹੁੰਦਾ ਪਿਆ ਸੀ। ਉਹ ਛੁੰਡੇ ਕੁੜੀ ਵੀ ਉਸ ਨੂੰ ਕਹੀਂ ਕਹੀਂ ਉਸ ਨੂੰ ਨਹੀਂ ਪੁੱਲੀ ਸੀ। ਪੈਨ ਹਮੇਸ਼ਾ ਮਾਂ ਖਾਣਾ ਲੈ ਕੇ ਆ ਗਈ। ਖਾਣਾ ਖਾ ਕੇ ਟੋਲੀ ਉਸ ਦੀ ਗੋਦੀ ਵਿੱਚ ਪਹਿਲਾ ਵੰਸ਼ ਹੋ ਗਿਆ। ਯਾ ਕਿ ਨਮੀ ਕੱਖ ਸਾਰੇ ਜੰਗਲੇ ਲੱਕੜੀਆਂ ਨੂੰ ਇੱਕ ਅਥੇ ਵਿੱਚ ਇਕੱਠਾ ਕਰਕੇ ਉਹਨੂੰ ਅੱਗ ਲਗਾਈ ਜਾ ਚੁੱਕੀ ਹੈ। ਆਗਨੀ అలਪਤਾ ਆਕਾਸ਼ ਨੂੰ ਛੂੜਿੰਗਾਂ ਸੰ ਕੁੜੀ ਨੇ ਉਸ ਨੂੰ ਕਿਹਾ ਮੀਨ ਗਲਤੀ ਨਾਲ ਸੁਣ ਚਾਮ ਜੀ ਦੀ ਬੁੱਢੀ ਜੜਗਨੀ ਆਈਗੀ ਤੇ ਉਹਨੂੰ ਇਹ ਕੰਮ ਕਰਨ ਲਈ ਕਹੇਗੀ। ਉਹ ਜੋ ਵੀ ਕੰਮ ਕਰੇਗੀ ਨਿਰੋਹ ਕੇ ਕਰ ਲਈ ਇਹ ਤੇਰਾ ਕੋਈ ਨੁਕਸਾਨ ਨਹੀਂ ਕਰ ਸਕੇਗੀ। ਪਰ ਜੇ ਤੜ ਗਿਆ ਤਾਂ ਤੂੰ ਉਸ ਅੱਗ ਵਿੱਚ ਛੜ ਕੇ ਸੁਆਹ ਹੋ ਜਾਏਗਾ ਜਾਂ ਤੇ ਤੂੰ ਉਸ ਦੀਆਂ ਉਸ ਦਾ ਦੱਸਿਆ ਕੰਮ ਨੇ ਰੋਗ ਕੱਢ ਦੇਗਾ ਤੇ ਜਿੱਲਦੀ ਨਾਲ ਉਸ ਨੂੰ ਚੁੱਕ ਕੇ ਅੱਗ ਵਿੱਚ ਸੁੱਟ ਦੇ ਸਾਰਾ ਕੁਝ ਦੱਸ ਕੇ ਕੁੜੀ ਘਰ ਦੇ ਅੰਦਰ ਚਲੀ ਗਈ ਉਸੇ ਵੇਲੇ ਬੁੱਢੀ ਜੋ ਜੋੜ ਦੀ ਦੋ ਰੋਂਦੀ ਰੋਂਦੀ ਖੜੀ ਬਾਹ ਤੇ ਕਹਿਣ ਲੱਗੀ ਹਾਏ ਕਿੰਨੀ ਠੰਡ ਹੈ ਮੇਰੇ ਬੜਾ ਗਲ ਜਾਵਾਂਗੀ કેડ અગવડ રહી હે મે જલ્દી હી ગરમ હો જાવાંગી એ કહે દે હોઈ બુડડી ટોલી વાલે પાછે मुड़ કે કહી લગી ઈ સાગવ લકડી દર મોતા રે બડા ટુકડા હે ઓ સાગવ મે નહીં બોલેગા તું કી વેગા તું મે કર ઈ લકડી ઓઠ ઓઠો ચોક લેયા تے મેરે કોલ લે આ કે રાખ દે તું ઇ જલ્દી એ કામ કર દેવેંગા તાં તુ આઝાદ હો જાયેંગા تے જીતھے ચાહે જા સકેંગા ਤੋਲੀ ਬੇਜ ਗਿੰਨੇਦੋ ਹੋ ਗਏ ਬਾਲੀ ਆ ਗਏ ਇੱਥੇ ਡੁੱਲ ਗਿਆ ਉਹ ਇਹਦਾ ਕੋਈ ਨਿਸ਼ਾਨ ਨਾ ਹੋਇਆ ਉਹ ਬਾਲੀ ਆ ਕੇ ਲੱਕੀ ਤੇ ਵੱਡਾ ਟੋਟਾ ਚੁੱਕ ਕੇ ਲੈ ਆਇਆ ਤੇ ਬੁੱਢੀ ਜਰੂ ਗਿੰਨੇ ਨੇ ਤੇ ਕੋਲ ਰੱਖ ਦਿੱਤਾ ਜ਼ਮੀਨ ਉੱਤੇ ਲੱਕੜੀ ਰੱਖ ਦਿਆਂ ਹੀ ਇਹ ਚਮਟਕਾਰ ਹੋਇਆ ਮੋਟੀ ਲੱਕੜੀ ਇੱਕ ਸੁੰਦਰ ਸਲੋਨੀ ਕੁੜੀ ਬਣ ਗਈ ਉਹ ਉਹੀ ਕੁੜੀ ਸੀ ਜਿਸਨੇ ਹੜਕਮ ਵਿੱਚ ਉੱਥੇ ਮਰਨ ਕੀਤੀ ਸੀ ਉਸ ਤਕੀਮ ਦੀ ਕਪਰੇਗਣਿਆ ਤੁਸਾਹ ਪਰ ਲੱਗਦਾ ਸੀ ਕਿ ਉਹ ਕਿਸੇ ਰਾਜੇ ਦੀ ਪੁੱਤਰੀ ਸੀ ਬੁੱਢੀ ਪਿਆੰਕਰ ਜਿਹਹਾਹਾ ਸਾਹਾ ਜੀ ਬੇਲੀ ਨੂੰ ਕੀ ਲੱਗਦੇ ਕਿ ਇਹ ਰਾਜ ਮੈਂ ਤੈਨ ਮਿਲ ਜਾਏਗੀ ਨਹੀਂ ਹਾਲ ਹੀ ਨਹੀਂ ਇਹ ਕੰਦੇ ਹੋਏ ਬੁੱਢੀ ਜਾਦੂਗਰ ਨੇ ਸੁਨੇ ਰਾਤ ਮੈਨੂੰ ਚਪਟਾ ਮਾਰ ਮਾਰ ਕੇ ਫਰੰਦਾ ਜਤਨ ਕੀਤਾ ਪਰ ਟੋਲੀ ਇੱਕਦਮ ਵਿਚਾਲੇ ਆ ਗਿਆ ਤੇ ਉਸਨੇ ਬੁੱਢੀ ਜਾਦੂਗਰਨੀ ਨੂੰ ਚੁੱਕ ਕੇ ਅੱਗ ਵਿੱਚ ਛੋਟ ਦਿੱਤਾ ਅਗਰੀਆਂ ਲਪਟਾਂ ਨੇ ਬੁੱਢੀ ਨੂੰ ਆਪਣੇ ਵਿੱਚ ਸਮਾਂ ਲਿਆ ਤੇ ਹੋਰ ਉੱਚੀਆਂ ਹੋ ਗਈਆਂ ਜਿਵੇਂ ਕਿਸੇ ਦੁਸ਼ਤ ਦੇ ਅੰਤ ਲਈ ਨਾਚ-ਨਾਚ ਖੁਸ਼ੀ ਮਨਾ ਰਹੀਆਂ ਹੋਣ ਰਾਜਕਮਾਈ ਨੇ ਥੋਲੀ ਵੱਲ ਵੇਖਣਾ ਸ਼ੁਰੂ ਕਰ ਲਗੀ ਇਹ ਬੜਾ ਸੁੰਦਰ ਤੇ ਜਵਾਨ ਹੈ ਇਸ ਆਦਮੀ ਨੇ ਮੈਨੂੰ ਬਚਾਣ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਹੈ ਰਾਜਕਮਾਈ ਨੇ ਥੋਲੀ ਦਾ ਹੱਥ ਫੜ ਕੇ ਫੜ ਲਿਆ ਤੇ ਕਹਿਣ ਲੱਗੀ ਤੂੰ ਮੇਰੇ ਲਈ ਬਹੁਤ ਕੁਝ ਕੀਤਾ ਹੈ ਹੁਣ ਮੈਂ ਨਾ ਇੱਕ ਵਾਅਦਾ ਹੋਰ ਕਰ ਕਿ ਤੂੰ ਮੇਰੇ ਨਾਲ ਸਦਾ ਸੱਚਾ ਤੇ ਇਮਾਨਦਾਰ ਰਹੇਂਗਾ ਮੇਰੇ ਨਾਲ ਸ਼ਾਦੀ ਕਰਨ ਦੀਆਂ ਇੱਥੇ ਬੁੱਢੀ ਜਾਲੂਗੰਨੀ ਨੇ ਤੇ ਰਾਦੇਸ਼ ਸਾਹਿਬ ਨਾਲ ਦੌਲਤ ਇਕੱਠੀ ਕੀਤੀ ਹੋਈ ਹੈ ਸਾਡੀ ਜ਼ਿੰਦਗੀ ਬੜਾ ਆਰਾਮ ਨਾਲ ਗੁਜ਼ਰ ਸਕਦੀ ਹੈ ਉਸ ਦਾ ਹੱਥ ਫੜ ਕੇ ਉਹਨੂੰ ਕਰਦੇ ਅੰਦਰ ਲੈ ਗਈ ਤੇ ਬੁੱਢੀ ਦੁਆਰਾ ਇਕੱਠਾ ਕੀਤਾ ਤੇ ਸਾਰਾ ਖਜ਼ਾਨਾ ਦਸੀਆ ਜਾਨੇ ਸੁਨਾ ਚਾਂਦੀ ਹੀਰੇ ਮੋਤੀ ਕੀਮਤੀ ਨਗਿਨੇ ਅਮੁੱਲ ਚੀਜ਼ਾਂ ਤੇ ਲੱਗੇ ਹੋຊਾਂ ਉਹਨਾਂ ਨੇ ਸੋਨੇ ਚਾਂਦੀ ਨੂੰ ਉੱਥੇ ਹੀ ਪਿਆ ਰਹਿਣ ਦਿੱਤਾ ਤੇ ਹੀਰੇ ਮੋਤੀ ਨਗਿਨੇ ਇਕੱਠੇ ਕਰਕੇ ਇੱਕ ਠੀ ਬੰਨੀ ਤੇ ਘਰ ਤੋਂ ਬਾਹਰ ਨਿਕਲ ਆਏ ਹੁਣ ਇੱਕ ਪਲ ਵੀ ਉਸ ਪਹਾੜੀ ਉੱਤੇ ਨਹੀਂ ਰੁਕਣਾ ਚਾਹੁੰਦੇ ਸਨ ਟੋਲੀ ਨੇ ਕਿਹਾ ਹੁਣ ਸਾਨੂੰ ਇਸਾ ਪੂਰਕ ਕੋਰੀ ਦੀ ਜੀਨ ਉਹ ਤੇ ਬੜਕੇ ਇਕਦਮ ਇਸ ਪਹਾੜੀ ਤੋਂ ਹੇਠਾਂ ਉਤਰ ਜਾਣਾ ਚਾਹੀਦਾ ਹੈ ਨਾ ਦਿਗਾਂਗੇ ਇਥੇ ਕੋਈ ਉਸ ਦੀ ਕੋਈ ਜ਼ਰੂਰ ਨਹੀਂ ਉਸ ਦੀ ਇਸਾ ਪੂਰਕ ਪੂਰਕ ਅੰਗੂਠੀ ਉਹਨਾਂ ਨੂੰ ਕਿਤੇ ਵੀ ਲੈ ਜਾ ਸਕਦੀ ਹੈ ਇਹਦੇ ਸਾਰੇ ਉਹ ਆਪਣੇ ਘਰ ਵਾਪਸ ਜਾ ਸਕਦੇ ਹਨ ਚੰਗਾ ਠੀਕ ਹੈ ਠੀਕ ਹੈ ਫਿਰ ਸੈਦੇ ਦੁਆ ਠੀਕ ਚੱਲਦੇ ਹਾਂ टोली तो ने हाज किया ही कि पल चपति ही शहरिद्वार को पहुंच गए टोली तो कह लगा मैं पहला जाके अपने माता पिता ले के की खबर छार लैके आता हाँ तू इत शहर मैं छेटी ही वापस आ जावा चंगा सुन तू घर जाके अपने मा न पिता की सज्जी गल उ चुमी चु चुमी ना लई नहीं ना तू सब कुछ भुल जाएगा ਤੇ ਮੈਂ ਇੱਥੇ ਇੰਤਜ਼ਾਰ ਕਰਦੀ ਖਲੋਟੀ ਰਾਂਗੀ ਮੈਨੂੰ ਕਿਵੇਂ ਭੁੱਲ ਸਕਦਾ ਹਾਂ ਅੱਜ ਰਾਜ ਕੁਮਾਰੀ ਨਾਲ ਵਾਅਦਾ ਕੀਤਾ ਤੇ ਉਹ ਤੇ ਉਹ ਜਲਦੀ ਹੀ ਵਾਪਸ ਆ ਗਿਆ ਉਹ ਜਦੋਂ ਆਪਣੇ ਕਮਰੇ ਆਪਣੇ ਘਰ ਪਹੁੰਚਿਆ ਤਾਂ ਉਸ ਨੂੰ ਕਿਸੇ ਨਵੇਂ ਨਾਂ ਪਸਾਣੇ ਇਵੇਂ ਲੱਗੇ ਜਿਵੇਂ ਕੁਝ ਦਿਨਾਂ ਵਿੱਚ ਉਹ ਬੋਟ ਬੋੜੇ ਵਰਗਾ ਹੋਏ ਜਦ ਉਸਨੇ ਆਪਣੇ ਬਾਰੇ ਦੱਸਿਆ ਤਾਂ ਉਸਨੇ ਮਾਤਾ ਪਿਤਾ ਉਸ ਨੂੰ ਘੁੱਟ ਕੇ ਬੜੇ ਲਗਾਏ ਤਾਂ ਬਹੁਤ ਬਹੁਤ ਪਿਆਰ ਕੀਤਾ ਉਹਨਾਂ ਦੇ ਪਿਆਰ ਨੂੰ ਵੇਖ ਕੇ ਖੁਦ ਹੀ ਨਾਲ ਚੁੰਮਣ ਲੱਗ ਪਿਆ ਜਿਹੜਾ ਅਗਮਾਨੇ ਵੱਲ ਕੀਤੀ ਹਦਾਇਤ ਨੂੰ ਬਿਲਕੁਲ ਭੁੱਲ ਭੁਲਾ ਗਿਆ ਉਸਨੇ ਮਾਤਾ ਪਿਤਾ ਦੇ ਦੋਹਾਂ ਗੱਲਾਂ ਚੁੰਮ ਲਿਆ ਚੁੰਮਣ ਦੇ ਜੋ ਤਾਰਿਕ ਮਾਨੀ ਬਾਰੇ ਸਭ ਕੁਝ ਭੁੱਲ ਗਿਆ ਉਨੇ ਆਪਣੇ ਲਈ ਉਹ ਹੱਥ ਪਾਇਆ ਤਾਂ ਉਸ ਉਸ ਵਿੱਚੋਂ ਹੀਰੇ ਜਵਾ ਜਵਾਹ ਨਿਕਲੇ ਜੋ ਉਸਨੇ ਜੇ ਚੋ ਕੱਢ ਕੇ ਮੇਰੇ ਉੱਤੇ ਰੱਖ ਦਿੱਤੇ ਉਸਨੇ ਮਾਰ ਪਤਾ ਦੀ ਸਮਝ ਵਿੱਚ ਇਹ ਨਹੀਂ ਸੀ ਆੜਿਆ ਕਿ ਇਨੀ ਡੋਲਰ ਦਾ ਕੀ ਕਰਨਗੇ ਫਿਰ ਉਹਨਾਂ ਨੇ ਸੋਚ ਸਮਝ ਕੇ ਉਸ ਡੋਲਰ ਦਾ ਮਹਿਲ ਬਣਵਾਇਆ ਜਿਸ ਦੇ ਚਾਰੇ ਪਾਸੇ ਸੁੰਦਰ ਬਾਗ ਤੇ ਚਰਨਿਸਨ ਇੱਕ ਦਿਨ ਉਸ ਦੀ ਮਾਂ ਨੇ ਟੋਲਿੰਗ ਹੈ ਮਾਂ ਤੇ ਲਈ ਇੱਕ ਬੜੀ ਸੁੰਦਰ ਕੁੜੀ ਚੁਣੀ ਹੈ ਜਿਸ ਨਾਲ ਤੇਰੀ ਸ਼ਾਦੀ ਕਰਾਵਾਂਗੀ ਸ਼ਾਦੀ ਦੀ ਸਾਰੀ ਵਾਲਾ ਸਮਾਂ 3 ਦਿਨਾਂ ਵਿੱਚ ਪੂਰੀ ਹੋਣਗੀ ਹੁਣ ਟੋਲੀ ਆਪਣੇ ਪਰਿਵਾਰ ਵਿੱਚ ਖੁਸ਼ੀ ਖੁਸ਼ੀ ਦੇਣ ਲੱਗ ਪਿਆ ਪਰ ਉਹ ਰਾਜਕੁਮਾਰੀ ਜਿਸ ਨੂੰ ਉਹ ਸ਼ਾਇਦ ਦੇ ਮੁੱਖ ਦੁਆਰੇ ਛੱਡ ਆਈ ਸੀ ਬਹੁਤ ਹੀ ਦੁਖੀ ਸੀ ਬੜੀ ਦੇਰ ਤੀ ਟੋਲੀ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਉਹ ਜਦ ਉਹ واپس ਨਾ ਆਇਆ ਤਾਂ ਸ਼ਾਮ ਹੋ ਗਈ ਤਾਂ ਉਹ ਸਮਝ ਗਈ ਕਿ ਉਹਨੇ ਜਦੂਰ ਆਪਣੇ ਮਾੜਾ ਪਿਤਾ ਦੀ ਸੱਚੀ ਗੱਲ ਤੇ ਪਿਆਰ ਕੀਤਾ ਹੋਏਗਾ ਇਹ ਸੋਚ ਕੇ ਉਹ ਬੜੀ ਦੁਖੀ ਹੋਈ ਤੇ ਉੱਠ ਲੱਗੀ ਕਿ ਉਹ ਬਹੁਤ ਉਹ ਫਿਰ ਕਿਸੇ ਕਰਨ ਨੰਗਲੂ ਚਲੀ ਜਾਏ ਤਾਂ ਕਿ ਉਸ ਨੂੰ ਆਪਣੇ ਪਿਤਾ ਦੇ ਘਰ ਨਾ ਜਾਣਾ ਪਵੇ ਉਸ ਦੇ ਬਾਅਦ ਉਹ ਹਰਦੋਸ਼ਾਮ ਨੂੰ ਸਹੜ ਦੇ ਅੰਦਰ ਜਾਣ ਲੱਗ ਪਈ ਉਹ ਟੋਲੀ ਦੇ ਘਰ ਦੇ ਸਹਮਣੇ ਲੰਗਰੀ ਟੋਲੀ ਨੂੰ ਮੋਹਤਵਾਰੀ ਵੇਖਿਆ ਪਰ ਪਸਾਨ ਨਾ ਸਕਿਆ ਅੰਤ ਉਸਨੇ ਉਸਨੇ ਲੋਕਰ ਟੋਲੀ ਦੀ ਸ਼ਾਦੀ ਕਰਦੇ ਸਾਡੀ ਦੇ ਸੱਚਾ ਸੁਣੇ ਸ਼ਾਦੀ ਦੀ ਖਬਰ ਸੁਣ ਕੇ ਉਸਨੇ ਮਨ ਹੀ ਮਨ ਨਿਸ਼ਚੈ ਕੀਤਾ ਕਿ ਉਹ ਆਪਣੇ ਪਿਆਰ ਨੂੰ ਮਿਲੰਦਾ ਫਿਰ ਯਤਨ ਕਰੇਗੀ ਜਿਵੇਂ ਸ਼ਾਦੀ ਦੇ ਦਸਮਾ ਦਾ ਪਹਿਲਾ ਦਿਨ ਆਇਆ ਉਸਨੇ ਆਪਣੀ ਅੰਗੂਠੀ ਕੁਮਾਈ ਤੇ ਇਸ਼ਾਰਾ ਕੀਤਾ ਕਿ ਉਹ ਨੂੰ ਸੁਣਨ ਨੂੰ ਆ ਚਮਕੀਲੇ ਕਪੜੇ ਚਾਹੀਦੇ ਹਨ ਉਸ ਮਿਲਕੀਮ ਦੀ ਚਪਕੀ ਚਮਕੀਲੇ ਕਪੜੇਪੇ ਪ੍ਰਗਟ ਹੋ ਗਏ ਜੋ ਇਹਨਾਂ ਸਨੈਰੀ ਤੇ ਚਮਕੀਲੇ ਹਨ ਕਿ ਲੱਗਦਾ ਸੀ ਜਿਵੇਂ ਸੂਰ ਰਿੱਧੀਆਂ ਕੰਨਾਂ ਦੇ ਬਣੇ ਹੋਏ ਹੋਣ ਉਸ ਤੋਂ ਬਾਅਦ ਜਿਵੇਂ ਥੋਲੀ ਦੇ ਘਰ ਮਹਿਮਾਨ ਇਕੱਠਾ ਹੋਣੇ ਸ਼ੁਰੂ ਹੋਏ ਤਾਂ ਉਹ ਵੀ ਥੋਲੀ ਦੇ ਘਰ ਚਲੀ ਗਈ ਸਾਰੇ ਲੋਕ ਉਸ ਕਪੜਾ ਦੀ ਤਾਰੀਫ ਕਰ ਰਹੇ ਸਨ ਥੋਲੀ ਦੀ ਮਾਂ ਨੇ ਜਿਹੜੀ ਕੁੜੀ ਚੁਣੀ ਸੀ ਉਸ ਉਸ ਨੂੰ ਇਹ ਕੱਪੜੇ ਬਹੁਤ ਚੰਗੇ ਲੱਗਦੇ ਸਨ ਸਾਰੀ ਵਾਲੀ ਕੁੜੀ ਉਸਦੇ ਕੋਲ ਆਈ ਤੇ ਆਈ ਤੇ ਕਹਿਣ ਲੱਗੀ ਕਿ ਉਹ ਆਪਣੇ ਇੱਕ ਕੰਮ ਦੀ ਕੱਪੜੇ ਵੇਚੇਗੀ ਉਹਨੇ ਜਵਾਬ ਦਿੱਤਾ ਹਾਂ ਜੀ ਦੂਰ ਵੇਚਾਂਗੀ ਪਰ ਪੈਸਾ ਲਈ ਨਹੀਂ ਹਾਂ ਜੇਕਰ ਉਸ ਨੂੰ ਮੁੰਡੇ ਦੇ ਘਰ ਦੇ ਦੇਣਾ ਨਾਲ ਵਾਲੇ ਘਰ ਵਿੱਚ ਇੱਕ ਰਾ ਲਈ ਸੌਂ ਦਿੱਤਾ ਜਾਏ ਤਾਂ ਉਹ ਆਪਣੀ ਇਹ ਸੁੰਦਰ ਕੀਮਤੀ ਪੁਸ਼ਾਕ ਉਸ ਨੂੰ ਦੇ ਦੇਵੇਗੀ ਨਵੀਂ ਵੀ ਆਈ ਕੁੜੀ ਪਾ ਪੁਸਾਕ ਨੂੰ ਹਸ ਰਹੀ ਦੀ ਆਪਣੀ ਸਿਰ ਦਬਾ ਨਾ ਸਕੀ ਤੇ ਰਾਜਕੁਮਾਰੀ ਦੀ ਸ਼ਰਮ ਮਨ ਲੈਣ ਲਈ ਤਿਆਰ ਹੋ ਗਈ ਉਹਨੇ ਆਪਣੇ ਪਤੀ ਨੂੰ ਜਾਗ ਰਹਿਣ ਨਿਧਰ ਤੋਂ ਉਸ ਦੀ ਰਸਤਾ ਵਿੱਚ ਨੀਂਦ ਦੀ ਦਵਾਈ ਮਿਲਾ ਦਿੱਤੀ ਹੌਲੀ ਹੌਲੀ ਸਾਰੇ ਮਹਿਮਾਨ ਚਲੇ ਗਏ ਤੇ ਵਾਤਾਵਰਨ ਬਿਲਕੁਲ ਛਾਂਟ ਹੋ ਗਿਆ ਉਹਨੇ ਰਾਜਕੁਮਾਰੀ ਖਿੱਚ ਕੇ ਦਰਵਾਜ਼ੇ ਦੇ ਕੋਲ ਆ ਗਏ ਇਸ ਦਰਵਾਜ਼ੇ ਨੂੰ ਹੌਲੀ ਜਿਹੇ ਤਕੀਲ ਕੇ ਥੋੜਾ ਖੋਲ ਦਿੱਤਾ ਤੇ ਬੜੀ ਮਿੱਠੀ ਆਵਾਜ਼ ਵਿੱਚ ਹੋਲੀ ਹੋਲੀ ਗੋਨ ਆਪੇ ਟੋਲੀ ਟੋਲੀ ਮੇਰੀ ਗੱਲ ਸੁਣ ਮੈਂ ਤੇਰੇ ਲਈ ਜੋ ਵੀ ਕੀਤਾ ਉਸ ਨੂੰ ਨਾ ਭੁੱਲ ਸੀਸੇ ਵਾਲੀ ਉੱਚੀ ਪਹਾੜੀ ਦੇ ਬਾੜੇ ਸੋਚੋ ਜਰਗਨੀ ਇੰਤੇ ਉਹਦੇ ਦੋਸਤਾਂ ਨੂੰ ਯਾਦ ਕਰੋ ਟੋਲੀ ਟੋਲੀ ਮੇਰੀ ਗੱਲ ਸੁਣ ਓ ਕਰੀ ਮਰੀ ਇਹ ਇਹ ਹੀ ਕੁਝ ਦੋੜੋ ਕੇ ਕਹਿੰਦੀ ਰਹੀ ਪਰ ਉਸ ਦੀ ਗੱਲ ਸੁਣਨ ਲਈ ਟੋਲੀ ਨਹੀਂ ਜਾ ਗਿਆ ਫਿਰ ਹੁੰਦੇ ਰਾਤ ਨੂੰ ਪਾਣੀ ਨੂੰ ਕਮਰਾ ਖਾਲੀ ਕਰਨਾ ਪਿਆ ਦੂਜੀ ਸਾਮ ਉਹਨੇ ਫੇਰ ਆਪਣੀ ਗੁੱਠੀ ਕਮਾਈ ਤੇ ਚੰਦ ਜਿ ਚਮਕੀ ਲਿਪੋਸਾਕ ਦੇ ਸਾਕੀਤੀ ਜਿਉਂ ਹੀ ਉਸਨੇ ਆਪਣੇ ਆਪਣੀ ਗੱਲ ਖਤਮ ਕੀਤੀ ਤੇ ਚੰਦੀਆਂ ਗਿਨਣਾ ਨਾਲ ਬਣੀ ਕੀਮਤੀ ਪੋਸ਼ਾਕ ਆ ਗਈ ਇਸ ਪੋਸ਼ਾਕ ਨੂੰ ਪਾ ਕੇ ਉਹ ਫੇਰ ਟੋਲੀ ਦੇ ਕੱਢ ਗਈ ਨਵੀਂ ਵਿਆਹੀ ਕੁੜੀ ਨੂੰ ਇਹ ਪੁਸ਼ਾਕ ਦੀ ਬਿਹਤ ਇਹ ਇਹ ਪੁਸ਼ਾਕ ਵੀ ਬੇਹਦ ਪਸੰਦ ਆਈ ਤੇ ਉਸ ਨੂੰ ਉਸ ਨੂੰ ਵੀ ਲੈਣ ਦੀ ਇਸ਼ਿਆ ਕੀਤੀ ਨਾਲ ਕੁਮਾਰਿਕਾ ਨਾਲ ਕੁਮਾਈ ਨੇ ਇਹ ਪੁਸ਼ਾਕ ਵੀ ਇੱਕ ਰਾਤ ਟੋਲੀ ਦੇ ਨਾਲ ਵਾਲੇ ਕਮਰੇ ਵਿੱਚ ਗੁਜਾਰਨ ਬੱਲੇ ਵਿੱਚ ਦੇ ਦਿੱਤੀ ਇਹ ਰਾਤ ਵੀ ਪਹਿਲੀ ਰਾਤ ਵਾਂਗ ਹੀ ਗੁਜ਼ ਗਈ ਪਰ ਕਰਦੇ ਨੌਕਰ ਨੇ ਨਾਲ ਕੁਮਾਰੀ ਦੇ ਦੋਨ ਤੇ ਬੋਲੰਦੀ ਆਵਾਜ਼ ਇਸ ਤਰ੍ਹਾਂ ਸੁਣ ਲਈ ਜਿਵੇਂ ਸਾਰੇ ਘਰ ਟੋਲਿੰਦਾ ਸੀ ਉਹਨਾਂ ਤੋਂ ਲਈ ਨੂੰ ਇਹ ਵੀ ਦੱਸ ਦਿੱਤਾ ਕਿ ਉਹ ਆਪ ਨੂੰ ਉਹਨਾਂ ਦੀ ਗੱਲਾਂ ਨਹੀਂ ਛੁਣ ਸਕਿਆ ਕਿਉਂਕਿ ਉਹਦੀ ਨਿਧਾ ਵਿੱਚ ਉਹਨੂੰ ਉਸ ਦੀ ਬਣਨ ਵਾਲੀ ਪੱਟੀ ਨੇਂ ਦੀ ਦਵਾਈ ਮਿਲਾਈ ਹੋਈ ਸੀ ਤੀਜੀ ਸ਼ਾਮ ਰਾਧਗਵਨ ਨੇ ਉਠੀ ਕੋਲ ਤਾਰਿਆਂ ਦੀ ਚਮਕ ਜਿਹੀ ਪੋਸ਼ਾਕ ਦੀ ਇਸ਼ਾ ਕੀਤੀ ਇਸ ਪੋਸ਼ਾਕ ਨੂੰ ਪਾ ਕੇ ਹੀ ਉਹ ਟੋਲੀ ਦੇ ਕਾਰਪੌਂਤੀ ਨਮੀ ਵਿਆਹ ਕੁੜੀ ਇੱਕਦਮ ਬੋਲ ਪਈ ਮੈਂ ਤੇ ਇਹ ਪੋਸ਼ਾਕ ਜੀ ਰੂਲ ਲਵਾਵਾਂਗੇ ਨਾਲੇ ਮੜੀਏ ਪੋਸ਼ਾਕ ਵੀ ਟੋਲੀ ਦੇ ਨਾਲ ਮਲੇਕਮ ਨੇ ਵਿੱਚ ਇੱਕ ਗਲਾਸ ਸੋਨ ਬੜਲੇ ਦੇਣਾ ਮੰਗ ਮੰਨ ਲਿਆ ਆ ਟੋਲੀ ਦੇ ਸੋਨ ਤੋਂ ਪਹਿਲਾਂ ਸਰਾਪੀਣ ਦੀ ਥਾ ਆਪਣੇ ਬਿਸਤਰੇ ਦੇ ਪਾਸੇ ਵੱਲ ਛੋੜ ਦਿੱਤੀ ਰਾਤ ਹੋਈ ਇਹ ਸਾਰੇ ਪਾਸੇ ਵਾਟਾ ਵਨ ਸ਼ਾਂਤ ਹੋ ਗਿਆ तो उसने एक बड़ी मिठी आवाज़ सुनाई थी टोली सुना तो टोली तो मेरी गल सुनो मैं तेरे लिए जो भी किया उस ना भूल शीशे वाली उच्ची पहाड़ी दे बारे सोच ना गनी तो उस दुष्टता दु, दु, याद करो तो टोली टोली तो मेरी गल सुनो अचानक टोली तो सब कुछ याद आ गया तो ची आ मैं तेरे न बड़ा बड़ बड़ा बुरा सलूक किया मैं ਪਰ ਮੈਂ ਰਛਾਬ ਕੋ ਪਹੁੰਚ ਗਿਆ ਤਾਂ ਉਹ ਆਪਣੇ ਬਿਸਤਰੇ ਤੋਂ ਉੱਠਿਆ ਤੇ ਜਾਤ ਕਮਾਈ ਦਾ ਹੱਥ ਫੜ ਕੇ ਆਪਣੇ ਮਾਤਾ ਪਿਤਾ ਕੋਲ ਲੈ ਗਿਆ ਤੇ ਕਹਿਣ ਲੱਗਾ ਅਸਲ ਵਿੱਚ ਇਹ ਜਾਤ ਕਮਾਈ ਮੇਨੀ ਪੱਟੀ ਹੈ ਤੇ ਜੇ ਮੈਂ ਕਿਸੇ ਹੋਰ ਕੁੜੀ ਨਾਲ ਸ਼ਾਦੀ ਕਰਾਂਗਾ ਤਾਂ ਇਹ ਬੜਾ ਅਣਹਾਂ ਹੋਏਗਾ ਉੱਥੇ ਮਾਤਾ ਪਿਤਾ ਨੇ ਜੇ ਲੋੜ ਸ਼ਾਦੀ ਕਰਨ ਨਿਸ਼ਚਾਈ ਦਾ ਪਤਾ ਲੱਗਾ ਤਾਂ ਉਹਨੇ ਖੁਸ਼ੀ-ਖੁਸ਼ੀ ਇਸ ਸ਼ਾਦੀ ਲਈ ਜਾਤ ਦੇ ਦਿੱਤੀ ਦਾਤ ਮੈਨੇ ਸਵੀਕਾਰ ਕਰ ਲਿਆ ਫਿਰ ਟੋਲ ਵਾਂ ਮਾਜਾ ਨੂੰ ਖੁਸ਼ੀ-ਖੁਸ਼ੀ ਇਹ ਸ਼ਾਦੀ ਹੋਈ ਤੋ ਲੀਤਾ ਰਾਜਕੁਮਾਰੀ ਬੜੇ ਖੁਸ਼ ਸਨ ਪਰ ਪਹਿਲਾ ਵਾਲੀ ਕੁੜੀ ਵੀ ਕੋਈ ਘੱਟ ਖੁਸ਼ ਨਹੀਂ ਸੀ ਉਸ ਨੂੰ ਤਿੰਨ ਮਿੰਟ ਕੀਮਤੀ ਪੁਸ਼ਾਕਾਂ ਮਿਲ ਗਈਆਂ ਹਨ